ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ ਆਪਣੇ ਚੈਨਲ ਦੇ ਸਬਸਕ੍ਰਾਈਬਰ ਮਤਲਬ ਕਿ ਆਪਣਾ ਪਰਿਵਾਰ ਹੁਣ 2 ਲੱਖ ਪਾਰ ਕਰ ਗਿਆ ਹੈ ਉਸ ਲਈ ਤੁਹਾਡਾ ਸਾਬਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤੁਹਾਡੇ ਨਾਲ ਹੁਣ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ ਦੇਖੋ ਗੁਰੂ ਸਾਹਿਬ ਦੇ ਰੰਗ 15 ਸਾਲ ਦੀ ਲੜਕੀ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੋ ਗਿਆ ਇੱਕ ਵੱਡਾ ਜਾਣਤਕਾਰ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜਿੱਥੇ ਵੱਡੇ ਵੱਡੇ ਡਾਕਟਰਾਂ ਨੇ ਦੇ ਦਿੱਤਾ ਸੀ ਜਵਾਬ ਤੇ ਉਸ ਤੋਂ ਬਾਅਦ ਜਦੋਂ ਲੱਗੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੜ ਤੇ ਦੇਖੋ ਫਿਰ ਕਿਵੇਂ ਹੋਇਆ ਬੇੜਾ ਪਾਰ ਤੁਹਾਡੇ ਨਾਲ ਜੋ ਘਟਨਾ ਸੀ ਸਾਂਝੀ ਕਰ ਰਹੇ ਹਾਂ ਇਹ ਇੱਕ 15 ਸਾਲ ਦੀ ਲੜਕੀ ਜੋ ਕਿ ਕੈਂਸਰ ਦੀ ਪੀੜਿਤ ਸੀ ਉਸ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਇੱਕ ਵੱਡਾ ਚਮਤਕਾਰ ਹੋਇਆ ਜਿਸ ਨੂੰ ਦੇਖ ਕੇ ਸਾਰੀ ਸੰਗਤ ਹੈਰਾਨ ਹੋ ਗਈ ਵੱਡੇ ਵੱਡੇ ਡਾਕਟਰਾਂ ਨੇ ਜਿੱਥੇ ਕਿ ਉਸ ਲੜਕੀ ਨੂੰ ਜਵਾਬ ਦੇ ਦਿੱਤਾ ਸੀ ਕਿ ਕਦੇ ਵੀ ਇਸ ਲੜਕੀ ਦਾ ਇਲਾਜ ਨਹੀਂ ਹੋ ਸਕਦਾ ਇਹ ਕੈਂਸਰ ਦੀ ਆਖਰੀ ਸਟੇਜ ਤੇ ਹੈ ਉੱਥੇ ਹੀ ਇਸ ਲੜਕੀ ਦੇ ਨਾਲ ਅਜੀਹਾ ਚਮਤਕਾਰ ਹੋਇਆ ਤੇ ਡਾਕਟਰ ਵੀ ਹੈਰਾਨ ਹੋ ਗਏ ਕਿ ਇਸ ਲੜਕੀ ਦਾ ਕੈਂਸਰ ਕਿਵੇਂ ਠੀਕ ਹੋ ਸਕਦਾ ਹੈ ਇਹ 15 ਸਾਲਾਂ ਦੀ ਨਾਬਾਲਗ ਲੜਕੀ ਜੋ ਕਿ ਬੋਨ ਕੈਂਸਰ ਦੇ ਨਾਲ ਪੀੜਿਤ ਸੀ ਜਿਸ ਦਾ ਇਲਾਜ ਕਾਫੀ ਲੰਬੇ ਸਮੇਂ ਤੋਂ ਹਸਪਤਾਲਾਂ ਦੇ ਵਿੱਚ ਕਰਵਾਇਆ ਜਾ ਰਿਹਾ ਸੀ ਪਰ ਡਾਕਟਰਾਂ ਦਾ ਇਹ ਹੀ ਕਹਿਣਾ ਸੀ ਕਿ ਜਿੰਨਾ ਮਰਜ਼ੀ ਇਲਾਜ ਕਰਵਾਇਆ ਜਾਵੇ ਤੇ ਇਸ ਲੜਕੀ ਦਾ ਬਚਣਾ ਕਾਫੀ ਜ਼ਿਆਦਾ ਮੁਸ਼ਕਲ ਹੈ ਉਸ ਤੋਂ ਬਾਅਦ ਇਹ ਲੜਕੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੜ ਇਸ ਤਰੀਕੇ ਦੇ ਨਾਲ ਲੱਗੀ ਕਿ ਹਰ ਟਾਈਮ ਉਸ ਦਾ ਪਾਠ ਪੂਜਾ ਕਰਦੀ ਰਹੀ ਲਗਾਤਾਰ ਦਰਬਾਰ ਸਾਹਿਬ ਨਮਸਤਕ ਹੋਣ ਲਈ ਆਉਂਦੀ ਰਹੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਸੀ ਤੇ ਇਸ ਲੜਕੀ ਨੂੰ ਪਹਿਲੇ ਹੀ ਦਿਨ ਤੋਂ ਆਪਣੇ ਆਪ ਦੇ ਵਿੱਚ ਇੱਕ ਫਰਕ ਜਿਹਾ ਮਹਿਸੂਸ ਹੋਣ ਲੱਗਿਆ ਜੋ ਲੋਕ ਵੀ ਸ੍ਰੀ ਦਰਬਾਰ ਸਾਹਿਬ ਦੇ ਲੜ ਲੱਗੇ ਨੇ ਉਹਨਾਂ ਦੇ ਵਿੱਚ ਯਕੀਨ ਰੱਖਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੇਕਰ ਅਸੀਂ ਗੱਲ ਕਰੀਏ 15 ਸਾਲਾਂ ਦੀ ਬਾਲਿਕ ਲੜਕੀ ਦੀ ਤੇ ਸਭ ਨੂੰ ਪਤਾ ਹੈ ਕਿ ਉਸ ਨੂੰ ਕੈਂਸਰ ਹੋਇਆ ਸੀ ਇਸ ਦੇ ਕਾਰਨ ਉਸ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਰ ਉਸ ਲੜਕੀ ਨੇ ਕੈਂਸਰ ਤੋਂ ਠੀਕ ਹੋ ਕੇ ਇਹ ਗੱਲ ਕਹੀ ਹੈ ਕਿ ਉਸ ਨੂੰ ਇੱਕ ਸ਼ਖਸ਼ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਲੜ ਲਗਾਇਆ ਗਿਆ ਹੈ ਯਾਨੀ ਕਿ ਇੱਕ ਸ਼ਖਸ਼ ਨੇ ਉਸ ਨੂੰ ਕਿਹਾ ਜੇਕਰ ਤੂੰ ਦਰਬਾਰ ਸਾਹਿਬ ਵਿੱਚ ਜਾਵੇਂਗੀ ਨਮਸਤਕ ਹੋਵੇਗੀ ਸਰੋਵਰ ਦੇ ਵਿੱਚ ਜਾ ਕੇ ਜਦੋਂ ਤੁਸੀਂ ਇਸ਼ਨਾਨ ਕਰੋਗੇ ਤੇ ਤੇਰਾ ਬੇੜਾ ਪਾਰ ਹੋਵੇਗਾ ਜਿਸ ਤੋਂ ਬਾਅਦ ਇਸ ਲੜਕੀ ਨੇ ਲਗਾਤਾਰ ਅਜਿਹਾ ਹੀ ਕੀਤਾ ਜਿੱਥੇ ਇਹ ਲਗਾਤਾਰ ਲੜਕੀ ਦਰਬਾਰ ਸਾਹਿਬ ਦੇ ਵਿੱਚ ਨਮਸਤਕ ਹੋਣ ਦੇ ਲਈ ਆਉਂਦੀ ਰਹੀ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਰਹੀ ਤੇ ਇਸ ਲੜਕੀ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ ਉਸਨੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤਾਂ ਉਸ ਨੂੰ ਆਪਣੇ ਆਪ ਦੇ ਵਿੱਚ ਇੱਕ ਫਰਕ ਜਿਹਾ ਮਹਿਸੂਸ ਹੋਣ ਲੱਗਿਆ ਲਗਾਤਾਰ ਦਵਾਈਆਂ ਖਾਂਦੀ ਸੀ ਕਿਉਂਕਿ ਸਰੀਰ ਦੇ ਵਿੱਚ ਦਰਦ ਰਹਿੰਦਾ ਸੀ ਪਰ ਜਦੋਂ ਇਸ ਨੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਇਸ ਲੜਕੀ ਨੂੰ ਦਵਾਈ ਦੀ ਜ਼ਰੂਰਤ ਨਹੀਂ ਪਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲੜਕੀ ਦਾ ਕਹਿਣਾ ਹੈ ਕਿ ਹੁਣ ਮੈਂ ਦਰਬਾਰ ਸਾਹਿਬ ਰੋਜ਼ਾਨਾ ਆਉਂਦੀ ਹਾਂ ਤੇ ਮੈਂ ਇੱਥੇ ਆ ਕੇ ਕਾਫੀ ਜ਼ਿਆਦਾ ਭਗਤੀ ਦੇ ਵਿੱਚ ਲੀਨ ਹੋ ਜਾਂਦੀ ਹਾਂ ਪਾਠ ਕਰਦੀ ਹਾਂ ਸਰੋਵਰ 'ਚ ਇਸ਼ਨਾਨ ਕਰਦੀ ਹਾਂ ਤੇ ਇਸ ਦੇ ਨਾਲ ਹੀ ਹੁਣ ਮੇਰਾ ਕੈਂਸਰ ਜਿਹੜਾ ਹੈ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਠੀਕ ਹੋ ਗਿਆ ਹੈ ਡਾਕਟਰਾਂ ਨੇ ਜਿੱਥੇ ਕਿ ਉਸ ਲੜਕੀ ਨੂੰ ਜਵਾਬ ਦੇ ਦਿੱਤਾ ਸੀ ਪਰ ਉਸ ਲੜਕੀ ਨੇ ਆਪਣਾ ਹੌਸਲਾ ਨਾ ਛੱਡਿਆ ਤੇ ਰੱਬ ਦੇ ਲੜ ਇਸ ਤਰੀਕੇ ਦੇ ਨਾਲ ਲੱਗੀ ਤੇ ਦੇਖੋ ਰੱਬ ਨੇ ਵੀ ਕਿਸ ਤਰ੍ਹਾਂ ਬੇੜਾ ਪਾਰ ਲਗਾਇਆ ਰੱਬ ਤੇ ਯਕੀਨ ਰੱਖਣ ਵਾਲਾ ਸ੍ਰੀ ਗੁਰੂ ਰਾਮਦਾਸ ਜੀ ਦੇ ਯਕੀਨ ਰੱਖਣ ਵਾਲਾ ਹਰ ਇੱਕ ਬੰਦਾ ਤਰ ਜਾਂਦਾ ਹੈ ਜੋ ਸੱਚੀ ਸ਼ਰਧਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਆਉਂਦਾ ਹੈ ਤੇ ਕਦੇ ਵੀ ਖਾਲੀ ਨਹੀਂ ਜਾਂਦਾ ਚਾਹੇ ਕੋਈ ਵੀ ਭਿਆਨਕ ਬਿਮਾਰੀ ਕਿਉਂ ਨਾ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ